ਕਿਸਾਨਾਂ ਨੂੰ ਪਹਿਲਾਂ ਕੁਦਰਤ ਦੀ ਮਾਰ ਘੱਟ ਸੀ ਕਿ ਹੁਣ ਅਜਿਹੀਆਂ ਮੰਦਭਾਗੀ ਘਟਨਾਵਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀਆਂ ਨੇ। ਪਹਿਲਾਂ ਮੋਗਾ 'ਚ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਸੜ ਕੇ ਸੁਆਹ ਹੋ ਗਈਆਂ ਸੀ ਅਤੇ ਹੁਣ ਸੰਗਰੂਰ ਦੇ ਪਿੰਡ ਰੂਪਾ ਹੇੜੀ 'ਚ ਖੇਤਾਂ 'ਚ ਲੱਗੀ ਅੱਗ ਦੇ ਨਾਲ ਕਿਸਾਨਾਂ ਦੀ 20 ਏਕੜ ਜ਼ਮੀਨ 'ਤੇ ਲੱਗੀ ਫਸਲ ਪਾਣੀ ਵਾਂਗ ਤਬਾਹ ਹੋ ਗਈ। ਹਾਲਾਂਕਿ ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ। ਹਾਦਸੇ ਦੇ ਕਾਰਨਾਂ ਦਾ ਤਾਂ ਕੋਈ ਪਤਾ ਨਹੀਂ ਲੱਗਾ ਜੀ ਵੀ ਕਿਵੇਂ ਅੱਗ ਲੱਗ ਗਈ। ਮੈਂ ਸਾਹਮਣੇ ਆ ਰਿਹਾ ਸੀ ਟਰੈਕਟਰ ਲਈ, ਜਦੋਂ ਦੇਖਿਆ ਵੀ ਪਿੱਛੇ ਅੱਗ ਲੱਗੀ ਪਈ ਆ ਜੀ, ਮੈਂ ਪਿੰਡ 'ਚ ਫੋਨ ਮਾਰਿਆ ਉਹਦੀ ਲੋਕਾਂ ਨੂੰ ਅਤੇ ਪਿੰਡ ਦੇ ਲੋਕ ਉਹਦੀ ਆਏ ਇੱਕੋ ਲੱਖ ਜੀ, ਆਹ ਪਾਣੀ ਵਾਲੀ ਟੈਂਕੀ ਆ ਪਿੰਡ ਦੀ ਇਹ ਵੀ ਲੈ ਕੇ ਆਏ ਜੀ, ਅਤੇ ਅੱਗ ਇੱਕੋ ਲੱਖ 'ਤੇ ਚੜ੍ਹ ਗਈ ਸਾਰੇ ਏਰੀਏ ਨੂੰ ਇੱਧਰ, ਅਤੇ ਕਾਫੀ ਨੁਕਸਾਨ ਮੇਰਾ ਵੀ ਹੋਗਾ ਜੀ, ਘੱਟੋ ਘੱਟ ਮੇਰਾ ਮੈਨੂੰ ਲੱਗਦਾ 2 ਕਿੱਲਿਆਂ ਵਾਂਗੂ ਮੱਚ ਗਏ ਜੀ, ਅਤੇ ਅੱਗੇ ਹੋਰ ਮੁੰਡਿਆਂ ਦੇ ਕਈ ਨੁਕਸਾਨ ਹੋ ਗਏ ਜੀ, ਅਤੇ ਅੱਗ ਨੂੰ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਕੰਟਰੋਲ ਕਰ ਲਿਆ ਜੀ ਭਾਈ। ਹਾਂ 15-18 ਕਿੱਲਿਆਂ ਦਾ ਨੁਕਸਾਨ ਹੋਗਾ ਜੀ ਲੋਕਾਂ ਦਾ, ਅਤੇ ਅਸੀਂ ਸਰਕਾਰ ਤੋਂ ਮੰਗ ਚਾਹੁੰਦੇ ਹਾਂ ਜੀ ਵੀ ਸਾਨੂੰ ਵੱਧ ਤੋਂ ਵੱਧ ਇਸ ਚੀਜ਼ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਨੂੰ ਬਚਾਇਆ ਜਾ ਸਕੇ। ਕਿਸਾਨਾਂ ਨੇ ਦੱਸਿਆ ਕਿ ਜਦੋਂ ਖੇਤਾਂ 'ਚ ਅੱਗ ਲੱਗੀ ਵੇਖੀ ਤਾਂ ਉਹ ਸਾਰੇ ਮੌਕੇ 'ਤੇ ਇਕੱਠੇ ਹੋਏ ਅਤੇ ਪਿੰਡ ਵਿੱਚ ਤਿਆਰ ਕੀਤੇ ਗਏ ਅੱਗ ਬੁਝਾਉਣ ਵਾਲੇ ਸਮਾਨ ਦੇ ਨਾਲ ਅੱਗ 'ਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ। ਹਾਲਾਂਕਿ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ ਸੀ ਪਰ ਜਦ ਤੱਕ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਤਦ ਤੱਕ ਪਿੰਡ ਵਾਲਿਆਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਕਿ ਕਿਸਾਨਾਂ ਨੂੰ 15 ਲੱਖ ਦੇ ਕਰੀਬ ਦਾ ਨੁਕਸਾਨ ਜ਼ਰੂਰ ਹੋਇਆ ਹੈ। ਇਹ ਤਕਰੀਬਨ 20 ਕਿੱਲੇ ਮਰ ਚੁੱਕੇ ਨੇ ਜੀ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਇੱਕ ਬੰਦੇ ਦੇ ਤਾਂ ਪੈਰ ਉੱਤੋਂ ਦੇ ਵੀ ਟਰੈਕਟਰ ਲੰਘ ਗਿਆ, ਉਸਦੀ ਵੀ ਕੋਈ ਭਰਮਾਈ ਤਾਂ ਕਰ ਨਹੀਂ ਲੱਗਿਆ। ਬਾਅਦ 'ਚ ਬੰਦ ਕੋਈ ਕਿਸੇ ਦਾ ਡੈਥ ਹੋ ਜਾਂਦੀ ਹੈ ਜਾਂ ਕੋਈ ਥੱਲੇ ਆ ਜਾਂਦਾ ਹੈ ਹਫੜਾ ਦਫੜੀ 'ਚ, ਅਤੇ ਜਦੋਂ ਨੂੰ ਫਾਇਰ ਬ੍ਰਿਗੇਡ ਨੂੰ ਕਾਲ ਕਰਦੇ ਉਦੋਂ ਤੱਕ ਤਾਂ ਤਕਰੀਬਨ ਕਹਿ ਸਕਦੇ 20-22 ਕਿੱਲੇ ਤਾਂ ਆਮ ਜੀ ਗੱਲ ਹੈ ਮੱਚਣ ਦੀ। ਸਾਡੇ ਪਿੰਡ ਦਾ ਨਾ ਆਪ ਜੁਗਾੜ ਕੀਤਾ ਹੈ ਜਾਂ ਪਿੱਛੇ ਖੜਾ ਤੁਸੀਂ ਦੇਖ ਰਹੇ ਹੋ, ਇਹ ਪਿਛਲੇ ਸਾਲ ਤਿਆਰ ਕਰਿਆ ਸੀ, ਪਿਛਲੇ ਸਾਲ ਵੀ 20-22 ਕਿੱਲੇ ਮੱਚ ਚੁੱਕੇ ਤੇ ਜੀ। ਉਹਨੂੰ ਦੇਖਦੇ ਹੋਏ ਅਸੀਂ ਫਾਇਰ ਬ੍ਰਿਗੇਡ ਤਿਆਰ ਕਰਾਇਆ ਪਿੰਡ ਦੇ ਸਹਿਯੋਗ ਨਾਲ, ਅਤੇ ਅਸੀਂ ਕਹਿੰਦੇ ਵੀ ਜੇ ਬਾਹਲਾ ਨਹੀਂ ਕਰ ਸਕਦੇ, ਜਿੰਨੀ ਮੱਚੀ ਸਾਨੂੰ ਉਨੇ ਦਾ ਹੱਕ ਦੇ ਦਿੱਤਾ ਜਾਵੇ ਸਰਕਾਰ ਵੱਲੋਂ। ਨਹੀਂ ਹਰ ਪਿੰਡ 'ਚ ਮੈਂ ਚਾਹੁੰਦਾ ਵੀ 2-4 ਫਾਇਰ ਬ੍ਰਿਗੇਡ ਖੜ੍ਹੇ ਹੋਣੇ ਚਾਹੀਦੇ ਨੇ ਇਸ ਟਾਈਮ, ਕਿਉਂਕਿ ਕਣਕ ਨੂੰ ਕੋਈ ਪਤਾ ਨਹੀਂ ਕਿੱਥੋਂ ਅੱਗ ਲੱਗ ਜੇ, ਕੋਈ ਕਾਰਨ ਨਹੀਂ ਕਹਿ ਸਕਦੇ। ਹਾਂਜੀ ਹਾਂਜੀ, ਆ ਪਿੱਛੇ ਪਿੰਡ ਦੇ ਸਹਿਯੋਗ ਨਾਲ ਜਿਵੇਂ ਟੈਂਕੀ 'ਤੇ ਪੰਪ ਲਗਵਾ ਕੇ ਤਿਆਰ ਕੀਤਾ ਹੈ ਜੀ, ਅਤੇ ਇਹਦੇ ਨਾਲ ਹੀ ਅਸੀਂ ਅੱਗ ਬੁਝਾਈ ਆ ਜੀ। ਜਦੋਂ ਨੂੰ ਫਾਇਰ ਬ੍ਰਿਗੇਡ ਆਈ ਉਦੋਂ ਤੱਕ ਅੱਗ ਬੁਝ ਚੁੱਕੀ ਜੀ, ਘੱਟੋ ਘੱਟ 15-18 ਟਰੈਕਟਰ 'ਤੇ ਜੀ, ਕੁਛ ਇਹ ਸੀਗਾ ਪਾਣੀ ਦੇ ਲੋਕਾਂ ਦੇ ਸਹਿਯੋਗ ਨਾਲ ਅੱਗ ਬੁਝ ਚੁੱਕੀ ਹੈ ਜੀ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਤਬਾਹ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਹਾਲਾਂਕਿ ਅੱਗ ਕਿਵੇਂ ਲੱਗੀ ਇਹ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ। ਸੰਗਰੂਰ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ। ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 92563 92563 'ਤੇ।